वो खिताब कर सकेंगे उन्हें दी आमद अपनी अपनी दुआ की कबूलियत वास्ते बावाज़े बुलंद सलवात। रब ताला ज़ुल्मत डाढ़ीए बस इतना करम कमई रहवे गम भेण भिरा साड़ी कौम दे ले खिच पैरा बिन बाजू झड़ना औखा झड़न नौकर भाव मैं नौकर बिन बाजू झड़ना औखा है त्याबा उस झड़न दवास्ताही सारे परदियां ते मां शर्त होनी इंदे अलाम दा पहरा लैरा ते को मजलूम दवास तहे लाशा कफन दी सिख जराए उंदे शेर दा कफन नसीब करें इवें नेक नसीब बने राम आखिरी दुआ बहुत वड्डी दुआ जेड़े वास्ते मुकम्मल दुआ मंगाइए बाबू जी अल्लाह दे में कोई वास्ता दियो मैं आजादारा को करें खाली न वाले सो आज कल्ला में वास्ता नहीं दें दो मैं नाल सारे आजादार रलो आज अल्लाह कुराल के वो वास्ता ले ले जेड़ा अल्लाह खाली नहीं वाले दो केड़ा वास्ता अल्लाह खाली नहीं वाले दो तक वास्ते सैन दे पासे दा भला होई अली जी धीरा जी मैं नौकर भाव मैं नौकर भाव मैं नौकर सही ए जडन दुआ ते तई पहुंचे तालिब दवारिस भेज देवे जी अच्छा बाबा मैं नौकर हूँ तकवास ते सैन दे पासे दा ए जडन दुआ ते तई पहुंचे तालिब दवारिस भेज देवे वत कैम न ढे اللهم صل على محمد آل محمد اذان دے بعد کیا کہیں اذان دے بعد نمازی سیدہ کی تشام چہکا اعلان ہے میرے چون سالاں
ਦੀ ਭੇਣ ਈ ਲੋਗੋ ਜਿਹੜੀ ਮਰ ਗਈ ਏ ਵਿੱਚ ਜ਼ਿੰਦਾ ਮੈਂ ਨੌਕਰ ਬਾਬਾ ਮੈਂ ਨੌਕਰ ਦਿੱਲੀ ਦਰਦ ਹੀ ਟਟੋ ਰਹੇ ਦਰਦ ਨਾ ਹੋਵੇ ਇਤਨੀ ਗਰਮੀ ਤੇ ਦੁਨੀਆ ਆਰਾਮ ਪਈ ਕਰਦੀ ਏ ਤੂੰ ਵੀ ਆਰਾਮ ਕਰੇ ਆਏ ਤੇ ਸਾਰੇ ਰੋਣ ਮੇਰੀ ਜ਼ਾਕਰੀ ਚੀਂ ਤੂੰ ਦੁੱਖਾ ਲਾਉ ਵੀ ਆ ਕੋਈ ਨਹੀਂ ਬਾਬਾ ਜੀ ਮੈਂ ਇਮਾਮੇ ਸਜਾਦ ਦੀ ਗੁਰਬਤ ਸੁਣਾਉਣੀ ਏ ਹਰ ਅਜ਼ਦਾਰ ਦੀ ਢਾ ਨਿਕਲ ਵੇ ਸੀ ਤੁਹਾਡੀ ਲੁੜਦੀ ਹੰਦੀ ਕਸਮ ਏ ਲੋਕ ਗਲੀ ਚ ਗੁਜ਼ਰਦੇ ਪਏ ਤੇ ਲੋਕਾਂ ਦੇ ਕੋ ਹੱਥ ਵਧਾ ਕੇ ਆਦਾ ਖੜੇ ਆਉਂਦਾ ਕੋਈ ਨਹੀਂ ਮਯਾਦ ਚਵਾਵਣ ਵਾਲਾ ਤੁਹਾਡੇ ਸ਼ਹਿਰ ਚ ਹੈ ਮਹਿਮਾਨ ਕੋਈ ਆਣ ਸ਼ਰੀਕ ਜਨਾਜ਼ੇ ਹੋਵੇ ਮੇਰਾ ਹੋ ਗਿਆ ਭਲਾ ਹੋਈ ਭਲਾ ਹੋਈ ਭਲਾ ਹੋਈ ਅਲੀ ਦੀਦੀ ਰਾਜ਼ੀ ਹੋਈ ਮੈਂ ਨੌਕਰ ਬਾਬਾ ਮੈਂ ਨੌਕਰ ਮੈਂ ਨੌਕਰ ਬਾਬਾ ਜੀ ਮੈਂ ਨੌਕਰ ਭਲਾ ਹੋਏ ਮੈਂ ਨੌਕਰ ਸਹੀ ਮੈਂ ਨੌਕਰ ਬੇਜਨ ਪੱਕਾ ਹੀ ਦੇ ਫਿਰ ਛੋੜੋ ਮੇਰੇ ਨਾਲ ਵੀਰ ਹੁਣ ਥੋੜ੍ਹੇ ਜਿਹੇ ਮਹਿਕ ਦਾ ਆਵਾਜ਼ ਖੋਲ ਕੇ ਰੱਖ ਅੱਜ ਮਜਲਿਸ ਵਿੱਚ ਮੈਂ ਜਿਤਨਾ ਵਕਤ ਪੜ੍ਹਨੇ ਮੈਂ ਮਸਾਹਿਬ ਪੜ੍ਹਨੇ ਬਾਨੀਆਂ ਤੁਹਾਡੇ ਵਾਸਤੇ ਪੱਖਿਆਂ ਦਾ ਇੰਤਜ਼ਾਮ ਕੀਤਾ ਬਾਹਰ ਨਿਕਲੋ ਤਾਂ ਹਰ ਤ੍ਰੀਜੇ ਕਦਮ ਤੇ ਸਬੀਲ ਦਾ ਇੰਤਜ਼ਾਮ ਕੀਤਾ ਤੁਸਾਂ ਮੋਮਨਾਂ ਵਾਸਤੇ ਜ਼ਾਕਰਾਂ ਵਾਸਤੇ ਲੰਗਰ ਦਾ ਇੰਤਜ਼ਾਮ ਹੋਇਆ ਮਿੱਟੀ ਤੇ ਬਹਿ ਕੇ ਰੋਣ ਵਾਲੇ ਲੋਕੋ ਥੋੜ੍ਹੇ ਜਿਹੇ ਵਕਤ ਵਿੱਚ ਉਹਦੇ ਦੁੱਖ ਸੁਣੋ ਜਿਹੜੀ ਸ਼ਾਮ ਦੇ ਜ਼ਿੰਦਾਂ ਨੇ ਭਰਾ ਦੀ ਦਾੜੀ ਚੁੰਮ ਕੇ ਆਖਿਆ ਸ਼ਾਮ ਵਿੱਚ ਹਵਾ ਨਹੀਂ ਖੁੱਲਦੀ ਸਜਾ ਦੀ ਰਤ ਵਾਏ ਪੋਇਆ ਬੇਣ ਦਾ ਮੂੰਹ ਚੁੰਮ ਕੇ ਆਖਿਆ ਖੁੱਲਦੀ ਏ ਜੀ ਤਾਸਾ ਕਹਿ ਦੇ ਲੱਗਦੀ ਨੇ ਜਿਵੇਂ ਆਲੀਆ ਹੁਸੈਨ ਦੀ ਇਮਾਮ ਹੁਸੈਨ ਬਗੈਰ ਨਹੀਂ ਲਿਭਦੀ ਇਵੇਂ ਹੁਸੈਨ ਮਸੂਮਾਂ ਦੀ ਇਮਾਮ ਸਜਾਦ ਬਗੈਰ ਨਹੀਂ ਲਿਭਦੀ ਉਹ ਵੀ ਭਰਾ ਦੇ ਚਿਹਰੇ ਦੀ ਆਸ਼ਕ ਇਹ ਵੀ ਭਰਾ ਦੇ ਚਿਹਰੇ ਦੀ ਆਸ਼ਕ ਇਹ ਕਹਿੰਦਾ ਪਿਆਰੇ ਭੇਣ ਤੇ ਭਰਾਵਾਂ ਦਾ ਇੱਕ ਪਿਆਰ ਦਸਾਵਣੇ ਤੁਕ ਜਨਾਬ ਅੱਬਾਸ ਦਾ ਜਨਾਬ ਅੱਬਾਸ ਕੋ ਕਿਤਨਾ ਪਿਆਰ ਹੈ ਉਹਦੇ ਬਾਅਦ ਪਿਆਰ ਦਸਾਵਣੇ ਹੁਸੈਨ ਮਸੂਮਾਂ ਦਾ ਤੇ ਇਮਾਮ ਸਜਾਦ ਦਾ ਉਹਦੇ ਬਾਅਦ ਪਿਆਰ ਦਸਾਵਣੇ ਹੁਸੈਨ ਤੇ ਹੁਸੈਨ ਦੀ ਧੀ ਦਾ ਜਨਾਬ ਅੱਬਾਸ ਮਦੀਨੇ ਜਦੋਂ ਵਸਦਾ ਹੀ ਨਾ ਬਚਪਨ ਵਿੱਚ ਜਨਾਬ ਅੱਬਾਸ ਇੱਕ ਦੁਆ ਮੰਗਿਆ ਇੱਕ ਦਿਨ ਨਹੀਂ ਜਵਾਨੀ ਹੋਈ ਰੋਜ਼ਾਨਾ ਕਿਹੜੀ ਦੁਆ ਮੰਗਿਆ ਹਸਨ ਤੇ ਹੁਸੈਨ ਦਾ ਮੂੰਹ ਚੁੰਮ ਕੇ ਆਖਿਆ ਤੁਸਾਂ ਬਹੁ ਜੀਵੋ ਮੈਂ ਇਹ 70 ਸਮਝਾ ਕੇ ਪੜ ਗਈ ਦੀ ਤੇਰੀ ਮੇਰੀ ਇਬਾਦਤ ਮੁਕੰਮਲ ਹੋਏ ਸੀ ਕਿਆ ਆਖਿਆ ਤੁਸੀਂ ਬਹੁ ਜੀਵੋ ਤੁਹਾਡੀ ਲੁੜਦੀ ਹੰਦੀ ਕਸਮ ਏ ਉੱਥੇ ਹੀ ਆਲੀਆ ਸੈਣ ਕੋ ਸਾਹਮਣੇ ਖੜਾ ਕੇ ਆਖਿਆ ਤੂੰ ਉਤਨੀ ਜੀਵੇਂ ਜਿਤਨੇ ਤੱਕ ਮੈਂ ਜੀਵਾਂ ਜਿਹੜਾ ਮੈਂ ਦੁਨੀਆ ਛੋੜਾਂ ਸਾਲਾ ਤੂੰ ਜੀਂਦੀ ਨਾ ਹੋਵੇ ਮੈਂ ਨੌਕਰ ਬਾਬਾ ਮੈਂ ਨੌਕਰ ਹਾਂ ਜਵਾਨੀ ਹੋ ਬਿਰਾਵਾਂ ਦਾ ਮੂੰਹ ਚੁੰਮ ਕੇ ਆਖਿਆ ਤੂੰ ਸਭੋ ਜੀਵੋ ਆਲੀਆ ਸੈਣ ਕੋ ਆਖਿਆ ਤੂੰ ਉਤਨੀ ਜੀਵੇਂ ਜਿਤਨੇ ਤੱਕ ਮੈਂ ਜੀਵਾਂ ਇਹ ਪਿਆਰ ਕਹਿੰਦੇ ਇਹ ਪਿਆਰ ਹੈ ਜਨਾਬ ਅੱਬਾਸ ਦਾ ਹੁਣ ਪਿਆਰ ਦੱਸਾਂ ਤੇ ਕੋ ਹੁਸੈਨ ਦੀ ਧੀ ਦਾ ਇਮਾਮ ਸਜਾਦ ਦਾ ਸ਼ਾਮ ਦਾ ਜ਼ਿੰਦਾ ਨੇ ਦੋਵੇਂ ਭੇੜ ਤੇ ਭਰਾ ਇਕੱਠੇ ਬੈਠਣ ਭਰਾ ਵਾਲੇ ਪਾਸੇ ਦੇਖ ਕੇ ਆਦੇ ਸਜਾਦ ਵੀਰ ਨੂੰ ਰਾਤ ਰੋਕਣਾ ਮੈਂ ਇੱਕ ਸਵਾਲ ਕਰੇ ਨੇ ਮੈਂ ਜਵਾਬ ਦੇ ਸਜਾਦ ਆਦੇ ਪੁੱਛ ਕਿਆ ਪੁੱਛਣਾ ਚਾਹੁੰਦੀ ਅਦੇ ਸਜਾਦ ਇਹ ਦੱਸਾ ਜਿਹਨੇ ਪਹਿਲੀ ਦਫ਼ਾ ਸਾ ਸ਼ਾਮ ਵਿੱਚ ਦਾਖਲ ਥਾਇਆ ਸੀ ਸਜਾਦ ਆਦੇ ਹਾਂ ਉਹ ਪਹਿਲੀ ਗਲੀ ਦਾ ਮੋੜ ਗੁਜ਼ਰਿਆ ਸੀ ਸਜਾਦ ਆਦੇ ਗੁਜ਼ਰਿਆ ਸੀ
ते लोगों सा को पत्थर मारे हैं सजा दे हाँ मारे ने ते आदि ये पत्थर जन लगे हैं ना मैं तेरे मुंह तो रिठाई मैं जन तेरे मुंह तो रिठाई ते अखा बंद कीतिया ते सर झिका किता भी अज दो भेण ते मेरा कट्ठे बैठे हैं मैं पूछ सकती हूँ लोग मैं को मरेंदे हैं मैं तेरे मुंह तो रह दिया तो अखा बंद क्यों कर वेंदा हमें सजा दी रात वी ये भेण आले पास दे क्या दे सुचे ना हम मत बाबे को आके सजाद रे धरिया ओ मैं को मरे दे रहे जय हाय की अली दी धी राजी होई जय हुसैन दी धी दे रुखा दे हाय की मैं नौकर बाबा मैं नौकर ये प्यारे इमामे सजाद सैन मसूमन हूँ प्यार दसाव इमामे हुसैन दा इमाम हुसैन की धी का जो मौलक धी नाल प्यार कितने छे दफा दवारा भेण ते भिरा दा दुआ मंगो शाला अरबईन खुल वने चेलम शाला मोमिन उथई वन करन मेरी भी हसरत है मैं जब आखिरी दफा ज़ियारत तू वापस वल्ला ना सारे पाकिस्तान ना बच्चे जड़ा नजफ पढ़ते जवानी हुई वो नजफ तू हर जुमेरात करबदा पैदल वेंदे तकरीबन 100 किलोमीटर बनते 90 किलोमीटर बनते वो एक मैं को गल सुनाई मैं सारी रात जरी इमाम हुसैन ते बह के रोंदा रही हूँ याद रही मौलत ते को धी प्यारी कितनी है अगर भाई मैं ये गल समझा के पढ़ की थी मैं को तुसा अगर पढ़ नहीं निन्ने बना वो मैं को कहा कि मोमिना या करबला जरी इमाम हुसैन ते खड़ के दुआ मंगी बोला मेरा भिरा बीमार है मैं भिरा दी जिंदगी मंगना है जरी इमाम हुसैन छोड़ी बहर निकला एक इतला मिली जो तेरा भिरा मर गए बाबा जी जितने ज्यादा वेण करके रोंदे प्यो अगे आके ना फकत ई जाले चो हथ पताई ते रोंद रही है हुण आके ना चार कदम दूर खड़ गए रोंदा के नाल ज्यादा खड़े चार कदम दूर खड़ के हाथ मर के आधा खड़े मौला मैं लंबा पंध कीता ई मौला मैं तुहारे दरवाजे ते आया तुहारे दरवाजे तो रिस्क मिलदे जिंदगी मिलदी मौला मैं इतना पंध करके भिरा दी जिंदगी मंगण आया तो मेरा भिरा मर गए मौला मैं तुहारे नाल हो जा झेड़ा पिया लैंदा नाराज पिया थींदा मौला अज दे बाद ना तेरी कबर ते आसां ना शाम तेरी धी दी कबर ते वैसा वीरण मोमिन रोंदा है टुर पिया एक हर के रोंदा है डिठा है बहर निकला है कोई इतला मिली जो रो नहीं तेरा भिरा जिंदा थी गए चेहरे ते खुशी है इस दौड़ के शुक्रिया अदा की तस ए मोमिन आदे मैं राती कर बला रही है कबर हुसैन ते मेरे हाथे जात दा सैयद जेड़ी 70 दे मैं पूरी रात जरिए इमाम हुसैन ते बैठ के रोंदा रही हूँ 70 मेरी सुने ए मोमे दादे मैं राती करबला आ रही हूँ सुत्ता आला में खा विच मैं कोई इमाम दी ज़ियारत होइए जख्मी हालत च मेरा इमाम मेरे सामने आके मेरी पहचान चुम गया दे ओ मेरा जवार कोई कहन दिया धीया ना रुस दे जो मेरी धी नाल पिया रुस दा होवे जेड़ेल दा तू रुस के गए मेरी 4 साल दी धी कोल आके आ दे बाबा मेरा जवार पिया रुस दे बाबा मैं दुश्मन दे शहर च कलिया बाबा के चोखे जवार मेरे कोल आने ले हौसला बाबा हौसला बाबा हौसला बाबा हाथ ने मैनू मैं नौकर बाबा मैं नौकर बाबा मैं तोड़ तक मोमना की ढा निकल गई ईंदन है मजले से हुसैन तेरी ही खान चाहिए जैसे ते भेण ते भिरा दी मोर हुई जेड़ी पूरी जिंदगी दुआ कबूल न थी पे हुई मंग मंग के जी बाबा हाथ न बनो मैं नौकर आधे जख्मी हालत जे मां मेरे सामने आके मेरी पहचानी चुम के आदे मेरे जवार कोई कह दिया धीया ना रुस दे जो मेरी धी नाल पिया रुस दा
ਜਿਹੜੀ ਪੂਰੀ ਜ਼ਿੰਦਗੀ ਦੁਆ ਕਬੂਲ ਨਾ ਥੀਂਦੀ ਪਈ ਹੋਈ, ਮੰਗ ਮੰਗ ਕੇ ਥੱਕ ਪਈ ਹੋਵੇ। ਮੈਂ ਸੱਯਦ ਦੀ ਗੱਲ ਜ਼ਿਹਨ ਵਿੱਚ ਰੱਖੀ ਵੰਜੇ, ਤਹੱਜਦ ਦੇ ਟਾਈਮ ਉੱਠੀ ਕੇ ਤਨਹਾਈ 'ਚ ਮੁਸੱਲਾ ਵਿਛਾਵੇਂ, ਹੁਸੈਨ ਦੀ ਧੀ ਦੇ ਦੁੱਖਾਂ 'ਤੇ ਰੋਵਣਾ ਸ਼ੁਰੂ ਕਰੇ। ਜਦੋਂ ਤੇਰੇ ਆਸੂ ਇੱਥੇ ਪਹੁੰਚਣ, ਬਸ ਇੱਥੇ ਆਸੂ ਪਹੁੰਚਣੀ ਤੇ ਜਲਦੀ ਨਾਲ ਕਾਲੇ ਕੱਪੜੇ ਨਾਲ ਆਪਣੇ ਹੱਥ 'ਚ ਬੰਨੇ, ਬੱਧੇ ਹੱਥ ਗਿਨਾਵੇਂ ਇੱਥਾਂ, ਰੋਂਦੀਆਂ ਅੱਖਾਂ ਉੱਤਾਂ ਮੂੰਹ ਕਰਕੇ ਅੱਲਾ ਕੋ ਵਾਸਤਾ ਦੇ ਹੁਸੈਨ ਦੀ ਮਾਂ ਦੇ ਖਾਲੀ ਵੱਲਣ ਦਾ। ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ ਵਾਹ। ਜੋ ਨੇਕ ਦੁਆਈ ਮੰਗ ਅੱਲਾ ਖਾਲੀ ਨਾ ਵਲੇ ਸੀ, ਕਿਉਂ ਇਹ ਅੰਦਾਜ਼ ਨਾਲ ਅੱਲਾ ਖਾਲੀ ਕਿਉਂ ਨਹੀਂ ਵਲੈਂਦਾ ਬਾਬਾ ਜੀ? ਇਸ ਅੰਦਾਜ਼ ਨਾਲ ਦੁਆ ਮੰਗੀ ਹੁਸੈਨ ਦੀ ਜ਼ਖਮੀ ਧੀ, ਤੁਹਾਡੀ ਲੁੜਦੀ ਹੰਜ ਦੀ ਕਸਮ ਹੈ, ਅੱਧੀ ਰਾਤ ਦਾ ਟਾਈਮ ਹੈ, ਹੱਥ ਬੱਧੇ ਉੱਤੇ ਮੂੰਹ ਕਰਕੇ ਆਦੀ ਬੈਠੇ, ਮੇਰਾ ਅੱਲਾ ਤੇਕ ਵਾਸਤੇ ਮੇਰੀ ਜ਼ਖਮੀ ਡਾਡੀ ਦਾ ਅੱਜ ਮੈਂ ਕੋ ਬਾਬਾ ਮਿਲਾ। ਇਹਦਾ ਦੁੱਖ ਵੇਣ ਕੀਤੇ ਜੋ ਸ਼ਾਮ ਦੀ ਨਗਰੀ ਹਲ ਗਈ, ਇਹ ਬਿਸਤਰ ਤੋਂ ਤੜਪ ਕੇ ਉੱਠਾ, ਸਿਪਾਹੀ ਵਾਲੇ ਪਾਸੇ ਇਸ਼ਾਰਾ ਕਰਕੇ ਆਦੇ ਕਿਆਮਤ ਆ ਗਿਆ, ਆਦੇ ਕਿਆਮਤ ਦੂਰ ਹੈ, ਆਦੇ ਸ਼ਾਮ ਕਿਉਂ ਹਲੀ, ਆਦੇ ਵੀ ਮੈਂ ਨਾ ਜਾਣਦਾ। ਸਾਹਮਣੇ ਲੈ ਜ਼ਿੰਦਾਨ ਚੋਂ ਕਹਿ ਬੱਚੀ ਤੇ ਰੋਵਣ ਦੀ ਆਵਾਜ਼ ਆਈ, ਇਹਦੇ ਜਲਦੀ ਕਰੋ ਸਜਾਦ ਕੋ ਸਡੋ। ਮੇਰੇ ਇਮਾਮ ਸਾਹਮਣੇ ਆ ਖੜੇ, ਇਹਦਾ ਸਵਾਲ ਸੁਣਨੇ, ਮੇਰੇ ਇਮਾਮ ਦਾ ਜਵਾਬ ਸੁਣਨੇ। ਮੈਂ ਹਰ ਲਫ਼ ਤੇ ਜਜ਼ਬਾਤ ਕੀਤੇ, ਮੈਂ ਲਫ਼ ਤੇ ਜਜ਼ਬਾਤ ਨਾ ਕਰਾਂਦਾ, ਮੈਂ ਬੜੇ ਆਰਾਮ ਨਾਲ ਇਹੋ ਲਫ਼ ਤੇ ਕੋ ਸਮਝਣਾ। ਇਹਦਾ ਸਵਾਲ ਸੁਣੇ, ਮੇਰੇ ਇਮਾਮ ਦਾ ਜਵਾਬ ਸੁਣੇ। ਵੀਰ ਹੁਣ ਹਰ ਅਜ਼ਾਦਾਰ ਦੀ ਢਾਹ ਨਿਕਲਵੇ ਸੀ, ਇਹ ਕੁੱਤਾ ਸਵਾਲ ਕਰਕੇ ਆਦੇ ਸਜਾਦ ਕੌਣ ਰੋਂਦੀ ਹੈ? ਥੋੜੇ ਮੈਂ ਹਾਏ ਕੀਤੀ, ਕਿਆ ਕਿਸ ਇਹ ਕੌਣ ਰੋਂਦੀ ਹੈ? ਸੈਯਦ ਠੱਡਾ ਸਾਹਿਬ ਆਰ ਕਹਿ ਦੇ ਕੋਈ ਹੀਕ ਰੋਂਦੀ ਹੈ? ਉਹ ਵੀ ਰੋਂਦੀ ਹੈ ਜਿਹਦਾ ਜੀਂਦਾ ਹਾਥ ਤੇ ਲਾਸ਼ ਤੇ ਘੋੜੇ ਭੱਜ ਗਏ, ਉਹ ਵੀ ਰੋਂਦੀ ਹੈ ਜਿਹੜੀ ਬੁਰਕੇ 'ਚ ਪਲੈਂਦੀ ਰਹੀ ਤੇ ਬਰਛੀ ਖਾ ਗਈ, ਉਹ ਵੀ ਰੋਂਦੀ ਹੈ ਜਿਹਦਾ 6 ਮਹੀਨਿਆਂ ਦਾ ਹਾਥ ਤੇ 3 ਦਫ਼ਾ ਕੁੱਠੇ ਨੇ। ਇਹਦੇ ਰੋਂਦੀਆਂ ਸਾਰੀਆਂ ਜਿਹੜੀ ਬਾਬਾ ਬਾਬਾ ਕਰਕੇ ਰੋਂਦੀ ਹੈ, ਤੇਰੀ ਕਿਆ ਲੱਗਦੀ ਹੈ? ਸਹੀ ਠੱਡਾ ਸਾਹਿਬ ਹਰ ਕਹਿੰਦੇ ਮੈਂ ਗਰੀਬ ਦੀ ਭੈਣ ਹੈ, ਆਦੇ ਭੈਣ ਕੋ ਚੁੱਪ ਕਰਾਉਣ ਤਾਂ ਸਭ ਚੁੱਪ ਕਰਾਉਣ ਦੀ ਡਾਂ ਦੀ ਹੈ। ਸੈਯਦਾ ਦੇ ਕਮੀਨਾ ਹਯਾ ਕਰ ਕੇ ਮੇਰੀ ਭੈਣ ਜ਼ਖਮੀ ਹੈ, ਮੇਰੇ ਕੋ ਪਿਓ ਦਾ ਸਰ ਦੇ, ਮੇਰੀ ਭੈਣ ਨਾ ਰੋਸੇ। ਇਹ ਆਦੇ ਗੱਲ ਅਜੀਬ ਹੈ, ਅੱਗੇ ਪਿਓ ਕੋ ਯਾਦ ਕਰਕੇ ਰੋਂਦੀ ਹੈ, ਜਦੋਂ ਕੱਟੇ ਸਰ ਸਾਹਮਣੇ ਵੈਸੀ ਜ਼ਿਆਦਾ ਰੋਸੀ ਜਾਂ ਚੁੱਪ ਕਰ ਵੈਸੀ? ਸੈਯਦਾ ਦੇ ਵੱਤ ਹੋ ਸੀ ਤਾਂ ਰੋਸੀ। ਵਾਹ ਵਾਹ, ਗਿਣ ਵਜੋ ਹੁਸੈਨ ਦਾ ਸਰ, ਸਿਪਾਹੀ ਸਰ ਚਾਹੇ ਜ਼ਿੰਦਾਨ ਦੇ ਦਰਵਾਜ਼ੇ ਤੇ ਮੇਰਾ ਇਮਾਮਾ ਦੇ ਇੱਥੇ ਰੁਕਵਾਂ, ਮੈਂ ਪਹਿਲੇ ਆਪਣੀ ਭੈਣ ਕੋਈ ਤਲਾ ਦੇਵਾਂ। ਉੱਥੇ ਜੀ ਤਾਂ ਮਿੱਟੀ ਤੇ ਸੁੱਤੀ ਪਈ ਆਈ, ਕੋਲ ਰਾਤ ਵਧੀਏ, ਮਸੂਮਾ ਮਸੂਮਾ, ਮੇਰੀ ਜ਼ਖਮੀ ਭੈਣ, ਮੇਰੀ ਦੁਖੀ ਭੈਣ, ਨਿਤ ਕਿਹੜੀ ਦੁਆ ਮੰਗਣੀ ਆਵੇਂ? ਅੱਜ ਇਹ ਸਜਾਦ ਮੈਂ ਬਾਬੇ ਵਾਸਤੇ ਬਹੁਤ ਪਰੇਸ਼ਾਨ ਹਾਂ, ਮੈਂ ਬਾਬੇ ਵਾਸਤੇ ਬਹੁਤ ਮੂੰਜੀ ਹਾਂ। ਸਜਾਦ ਦੇ ਚਰੋ ਨਹੀਂ ਨਾ, ਤੇਰੀ ਦੁਆ ਕਬੂਲ ਹੋ ਗਈ, ਇਹ ਕਬਰ ਹੈ ਹੁਸੈਨ ਤੇ ਮੇਰਾ ਹੱਥ ਹੈ, ਅੱਜ ਦੀ ਤੱਕ ਮੇਰੇ ਕੋਲ ਮਜਲੇ ਯਾਦ ਹੀ ਕੋਈ ਨਹੀਂ। ਵੀਰੋ ਜਿੱਥੇ ਮੈਂ ਹੁਸੈਨ ਦੀ ਧੀ ਦਾ ਦੁੱਖ ਪਿਆ ਪੜਦਾ ਹਾਂ, ਬਾਬਾ ਜੀ ਤੇ ਮੈਂ ਇਸ਼ਾਰਾ ਕੀਤਾ ਹੋਏ ਤੇ ਬੰਨਮ ਬੇ ਤਹਾਸ਼ਾ ਹੈ ਨਾ ਕੀਤੀ ਹੋਏ ਜਾਂ ਮਾਤਮ ਨਾ ਕੀਤਾ ਹੋਏ, ਇਹ ਜਦੋਂ ਸਜਾਦ ਆਖੇ ਨਾ ਤੇਰੀ ਦੁਆ ਕਬੂਲ ਹੋ ਗਈ ਹੈ, ਤੇ ਕੋ ਬਾਬਾ ਮਿਲਣ ਆ ਗਏ, ਤੜਪ ਕਿਉਂ ਉੱਠੀ? ਕਿੱਦਾਂ ਹੈ ਬਾਬਾ, ਕਿੱਥੇ ਬਾਬਾ, ਕਿੱਥੇ ਬਾਬਾ? ਜਿਹੜਾ ਮੂਮਿਨ ਪੂਰੀ ਜ਼ਿੰਦਗੀ ਹੈ ਨਹੀਂ ਕਰ ਸੰਗਾ, ਸਜਾਦ ਦੀ ਰੱਤ ਵਧੀਏ, ਵੇਹਣ ਵਾਲੇ ਪਾਸੇ ਦੇ ਕੇ ਆਦੇ, ਹੌਸਲਾ ਕਰ, ਬਾਬੇ ਕੋ ਬਾਅਦ 'ਚ ਮਿਲੇ, ਪਹਿਲੇ ਫੁੱਫੀਆਂ ਕੋ ਮਿਲ ਗਏ ਨੇ। ਵਾਹ ਬਾਈ ਵਾਹ, ਵਾਹ ਬਾਈ ਵਾਹ, ਵਾਹ ਬਾਈ ਵਾਹ, ਵਾਹ ਬਾਈ ਵਾਹ। ਇਮਾਮਤ ਵਾਲੀ ਜ਼ੁਬਾਨ ਸਮਝੀਏ, ਸਮਝ ਗਈ ਹੈ ਮੇਰਾ ਆਖਰੀ ਸਲਾਮ ਹੈ, ਬਾਬਾ ਜੀ ਹੱਕ ਬਣਦਾ ਹੀ ਇੱਕ ਇੱਕ ਪਰਦਾਦਾਰ ਕੋ ਗੱਲ ਆਵਿਆ, ਆਪਣੇ ਆਪ ਕੋ ਆਦੀ ਵੀ ਜਦੋਂ ਹੀ ਮਿਲਣ ਦਿੰਦੇ ਨੇ ਟਾਈਮ ਥੋੜ੍ਹਾ ਦਿੰਦੇ ਨੇ, ਹੋ ਸਕਦੇ ਮਤਲਬ ਬਾਬਾ ਇੰਤਜ਼ਾਰ ਕਰੇ ਦੀ ਜਾ ਤੇ ਲੱਗਾ ਵੰਜੇ, ਠੀਕ ਇੱਕ ਪਰਦਾਦਾਰ ਕੋ ਗੱਲ ਨਹੀਂ ਸਲਾਇਆ, ਮੇਰੀਆਂ 17 ਨਹੀਂ ਦਰਜਾਤ ਬੁਲੰਦ ਹੋਵੇ, ਮੇਰੇ ਚਾਚੇ ਮੁਹੰਮਦ ਅਲੀ ਖਾਨ ਬਲੋਚ ਦੇ, ਇਹ 17 ਉਹਨਾਂ ਦੀਆਂ ਉੱਪੜਦੇ ਰਹਿੰਦੇ ਨੇ। ਸੋਚਿਆ ਸੀ ਵੀ ਪਰਦਾਦਾਰਾਂ ਦਾ ਸਲਾਮ ਇੱਥੇ ਵੰਜੇ ਅਤੇ ਜਲਦੀ ਨਾਲ ਬਾਬੇ ਕੋ ਮਿਲ ਗਏ ਨਾ,
ਇਹ ਇਵੇਂ ਪਰਦਾਦਾਰਾਂ ਦੇ ਸਾਹਮਣੇ ਆ ਕੇ ਨਾ ਬੱਧੇ ਹੱਥ ਮੱਥੇ ਤੇ ਰੱਖ ਕੇ ਆਦੀ ਖੜੀ ਹੈ, ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਮੇਰੀਆਂ ਫੁੱਫੀਆਂ, ਮੇਰੇ ਪਿਓ ਦੀਆਂ ਦਾਇਆਂ, ਲੰਬਾ ਸਫ਼ਰ ਆਈ, ਅਗਰ ਮੇਰੀ ਵਜ੍ਹਾ ਤੂੰ ਕਹੇ ਕੋਈ ਤਕਲੀਫ ਪਹੁੰਚੀ ਹੋਵੇ ਮੈਂ ਮਾਫ਼ੀ ਮੰਗਣਾ। ਹੱਥ ਨਾ ਮਨ ਬਾਬਾ, ਮੈਂ ਨੌਕਰ ਜੋ ਹਾਂ ਸਰ। ਗਿਨਾ ਬਾਬੇ ਦਾ ਸਰ ਮੌਲੋ ਸਜਾਟ ਰੋਈ ਈ ਤਰੀਕੇ ਨਾਲ ਪਿਓ ਦਾ ਸਰ ਹੱਥਾਂ 'ਤੇ ਚੈਸ। ਹਰ ਜ਼ਾਕਰ ਇਮਾਮ ਹੁਸੈਨ ਕੋ ਭੇਣ ਅਤੇ ਭੇਰਾ ਇਹੋ ਜਾਂ ਕੋਈ ਲਫ਼ਜ਼ ਅਤਾ ਕਰਦੇ ਜਿਹੜਾ ਮੁਲਕ ਚੁੰਦੀ ਪਹਿਚਾਣ ਬਣਦੇ। ਜਦੋਂ ਮੈਂ ਪਹਿਲੀ ਦਫ਼ਾ ਸ਼ਾਮ ਗਿਆ ਮੈਂ ਕੋਈ ਭੇਣ ਅਤੇ ਭੇਰਾ ਲਫ਼ਜ਼ ਸ਼ਾਮ ਵਿੱਚ ਅਤਾ ਕੀਤਾ, ਸ਼ਾਇਦ ਤੁਸੀਂ ਹਜ਼ਾਰਾਂ ਕੋਲ ਸੁਣਾਓ ਸੀ। ਜਿਤਨੇ ਅਜ਼ਾਦਾਰ ਵਹਿਣ ਕਰਕੇ ਰਹਿੰਦੇ ਪਿਓ, ਅਕਸਰ ਬਾਈਜਾਨ ਸਾਰੇ 'ਤੇ ਇੱਕ ਸਵਾਲ ਥੀਂਦੇ ਬਈ ਮੁਹਰਮ ਮੁੱਕ ਗਿਆ, ਚੇਲਾ ਮੁੱਕ ਗਿਆ, ਅਗੂ ਰਬੀ ਲਵਲ ਸੁਰਤੀ ਵੇਸੀ ਤੋਣੀ ਈਦ ਵਾਲਾ ਡੀ ਹੋਵੇ ਨਾ, ਤੁਸੀਂ ਸ਼ੀਆ ਮਿੱਟੀ 'ਤੇ ਬਹਿ ਕੇ ਰਹਿੰਦੇ ਹੋ। ਇਸ ਪਿੰਡਾਲ ਦੇ ਵਿੱਚ ਜਿੱਥਾ ਮੇਰਾ ਸੁੰਨੀ ਭਰਾ ਬੈਠੇ, ਇਹ ਮੇਰੀ ਗੱਲ ਉਹਦੇ ਨਾਲ ਹੈ, ਮੇਰਾ ਸੁੰਨੀ ਬਿਰਾ ਮੈਂ ਜ਼ਾਤ ਦਾ ਸੈਯਦ ਹਾਂ। ਇਹ ਤਰਾਏ ਸਵਾਲ ਮੇਰੇ ਕੰਨ ਸੁਣ ਚਾ ਅਤੇ ਸਮਝ ਚਾ। ਅੱਜ ਦੇ ਬਾਅਦ ਤੇ ਕੋਈ ਸ਼ੀਆ ਦੇ ਬੱਚੇ ਕੋਲ ਨਾ ਪੁੱਛਣਾ ਪੁੱਛੀ, ਅਸਾਂ ਸ਼ੀਆ ਰੋਂਦੇ ਕਿਉਂ ਹੈ? ਜਿਹੜੇ ਕੜੀਅਲ ਜਵਾਨ ਬੈਠੇ ਹੋ, ਮੇਰਾ ਪਹਿਲਾ ਸਵਾਲ ਹੈ, ਮੇਰਾ ਸੁੰਨੀ ਬਿਰਾ ਜਿਹੜਾ ਚਈ ਖੜੇ ਇਹ ਪੁੱਤਰੇ? ਮੇਰਾ ਦੂਜਾ ਸਵਾਲ ਹੈ, ਜੇ ਕੋ ਚਈ ਖੜੇ ਇਹ ਪਿਓ ਹੈ? ਮੇਰਾ ਤੀਜਾ ਸਵਾਲ ਹੈ, ਜੇ ਕੋ ਮਿਲਾਵਣ ਖਿਦੀ ਵੈਂਦੇ ਉਹ ਧੀਏ? ਚਲੋ ਇੱਕ ਦਫ਼ਾ ਮੇਰੇ ਨਾਲ ਸਾਰੇ ਬੋਲੋ ਅਤੇ ਮੈਂ 17 ਪੂਰੀਆਂ ਕਰਾਂ। ਜਿਹੜਾ ਚਈ ਖੜੇ ਪੁੱਤਰ, ਜੇ ਕੋ ਚਈ ਖੜੇ ਪਿਓ, ਜੇ ਕੋ ਮਿਲਾਵਣ ਖਿਦੀ ਵੈਂਦੇ ਧੀ। ਜਿਤਨੀ ਉੱਚੀ ਅਜ਼ਾਦਾਰ ਹੈ ਕਰ ਸਕਦੇ ਉਤਨੀ ਉੱਚੀ ਹੈ ਕਰੇ। ਮੇਰਾ ਸੁੰਨੀ ਬਿਰਾ ਅਸਾਂ ਸ਼ੀਆ ਰੋਂਦੇ ਤਾਂ ਹੈ, ਜੇ ਕੋ ਚਈ ਖੜੇ ਉਹਦੀਆਂ ਰੱਗਾਂ 'ਚ ਖੂਨ ਹੈ। ਥੋੜ੍ਹੇ ਬੰਦਾ ਹਾਇ ਕੀਤੀ, ਜਿਹੜਾ ਚਈ ਖੜੇ ਉਹਦੀਆਂ ਅੱਖਾਂ 'ਚ ਖੂਨ ਹੈ। ਤੇ ਕੋ ਹੁਸੈਨ ਦੀ ਧੀ ਦੇ ਦੁੱਖਾਂ ਦਾ ਵਾਸਤੇ ਜਿਤਨੀ ਉੱਚੀ ਹਾਇ ਕਰ ਸਕਦੇ ਉਤਨੀ ਉੱਚੀ ਹਾਇ ਕਰੇ। ਜੇ ਕੋ ਮਿਲਾਵਣ ਖਿਦੀ ਵੈਂਦੇ ਉਹਦੀਆਂ ਕੰਨਾਂ 'ਚ ਖੂਨ। ਬਣਾ ਦਿੱਤੇ ਕਰਬਲਾ, ਬਣਾ ਦਿੱਤੇ ਕਰਬਲਾ, ਹੌਸਲਾ। ਫਿਰ ਹੁਣ ਥੋੜ੍ਹਾ ਜਿਹਾ ਮਹਿਕ ਦਾ ਆਵਾਜ਼ ਖੋਲ, ਮੈਂ ਵਹਿਣ ਕਰਾਂ ਚਾਹ। ਜਿਸ ਤਰ੍ਹਾਂ ਟਾਈਮ ਠੀਕ ਹੈ, ਮੈਂ ਕੋਈ ਪੜ੍ਹਦੇ, ਮੈਂ ਕਹਿ ਅਜ਼ਾਦਾਰ ਦੀ ਮਿਹਨਤ ਨਹੀਂ ਕੀਤੀ, ਇਹ ਹੱਥ ਪਤੀ ਖਾਣਾ ਤੇਰੀ ਧਰਤੀ ਸੈਦਾਰ ਦੀ ਕਦਰ ਕਰਦੀ। ਤੇ ਕੁਛ ਸਹਿਣ ਦੇ ਦੁੱਖਾਂ ਦਾ ਵਾਸਤੇ ਅਗਰ ਪਹਿਲੇ ਵਹਿਣ ਤੇ ਰੋਵਣ ਨਾ ਆਵੇ। ਇਤਨੀ ਹੈ ਕਰੇ, ਇਤਨੀ ਹੈ ਕਰੇ, ਤੇਰੀ ਹੈ ਦੀ ਆਵਾਜ਼ ਕਰੀ ਵਾਲਾ ਮੂਮੈਂਟ ਸੁਣ ਕੇ ਨਹੀਂ। ਪਹਿਲਾ ਕਦਮ ਜ਼ਿੰਦਾਨ ਦੇ ਅੰਦਰ ਰੱਖੇ, ਸਰਤ ਵੱਧ ਪਈ ਹੈ। ਮਸੂਮਾ ਜਾਗ ਬਾਬਾ ਮਿਲਣ ਆਈ, ਬਾਬੇ ਦਾ ਨਾਮ ਹੈ ਬੀਬੀ ਮਿੱਟੀ ਤੇ ਸਮਣ ਲੱਗ ਗਈ। ਆਦੀ ਸਜਾਦ ਜੇ ਨਾਰਾਜ਼ ਲੱਤੀ ਵੇ ਤਾਂ ਬਾਬੇ ਦਾ ਸਾਰ ਮੇਰੇ ਸੀਨੇ ਤੇ ਰੱਖ। ਸਜਾਦਾ ਦੇ ਮੁੱਦਾ ਦੇ ਬਾਅਦ ਬਾਬਾ ਮਿਲਣ ਆਈ, ਹੱਕ ਬਣਦਾ ਪਿਉ ਦਾ ਉੱਠੀ ਕੇ ਇਸਤਕਬਾਲ ਕਰੇ। ਅੱਜ ਸਜਾ ਜਦੋਂ ਮਦੀਨੇ ਵਸਿਆ ਸੇ ਬਾਬਾ ਸਫ਼ਰ ਵਜਿਆ, ਮੈਂ ਦਰਵਾਜ਼ੇ ਤੇ ਖੜਾ ਬਾਬਾ ਵਾਪਸ ਵਲਿਆ, ਮੈਂ ਗੁਹਾਂ ਦੇ ਨਾਲ ਲਵਿਆ ਮੇਰਾ ਮੂੰਹ ਚੁੰਮਿਆ, ਆਖਿਆ ਮੇਰੀ ਧੀ ਮੈਂ ਡਾਡਾ ਤੱਕ ਪੀਆ, ਮੇਰੇ ਸੀਨੇ ਤੇ ਸਾਹਮਣੀ ਥਕਾਣ ਦੌੜਦੀ ਸੀ, ਅੱਜ ਬਾਬੇ ਖੁਆ ਦੀਆਂ ਮਦੀਨੇ ਤੂੰ ਤੱਕ ਪਾਵੇ ਸ਼ਾਮ ਚ ਮੈਂ ਤੱਕ ਪਈ। ਉਹ ਮੈਂ ਕੁਮਿਤੀਆਂ ਤੇ ਨੀਂਦ ਨਹੀਂ ਆਉਂਦੀ, ਮੈਂ ਕੋਈ ਸ਼ਾਮ ਦੀ ਗਰਮੀ ਖਾ ਗਈ। ਹੌਸਲਾ ਹੌਸਲਾ ਬਾਬਾ, ਹੌਸਲਾ ਬਾਬਾ, ਬਣਾ ਦਿੱਤੀ ਕਰਬਲਾ, ਹੌਸਲਾ ਬਾਬਾ, ਹੌਸਲੇ ਨਾਲ ਵੇਲੋ ਕਰਾਂ ਬਲਾ ਵੇ ਬਾਬਾ ਮੇਲੋ ਕਰਾਂ, ਤੇਰੀ ਚਿੜੀ ਡਾਲੀ ਹੱਥ ਵੱਲੋ ਬਾਬੇ ਖੁਆ ਦੀਆਂ ਮਦੀਨੇ ਤੂੰ ਤੱਕ ਪਾਉਣਾ ਵੇ ਸ਼ਾਮ ਚ ਮੈਂ ਥੱਕ ਪਈਆਂ। ਬਾਬਾ ਜੀ ਵੇਣ ਜ਼ਿਆਦੇ ਨੇ ਕਬਰ ਹੁਸੈਨ ਤੇ ਮੇਰਾ ਹੱਥ ਹੈ, ਇਹਨਾਂ ਜਵਾਨਾਂ ਦੇ ਜਜ਼ਬਾਤ ਖੁਦੇ ਕੇ ਮੈਂ ਫਕਤ ਰਾਏ ਵੇਣ ਕਰ ਲੈ ਲੋ। ਪਹਿਲਾ ਵੇਣ ਹੀ ਜੇ ਕਿਤੇ ਜੋ ਸ਼ਾਮ ਦੀ ਨਗਰੀ ਹਲ ਗਈ ਹੈ, ਪਹਿਲਾ ਵੇਣ ਕਰ ਗਿਆ ਦੀ ਅੱਖੀ ਬਾਲ ਜੇ ਤੇ ਕੁਮਾਰੇ ਉਹ ਪੂਰੇ ਰਹਮੇ ਕੁਮਾਰੇ, ਦੂਜਾ ਵੇਣ ਕਰ ਗਿਆ ਦੀ ਅੱਖੀ ਬਾਲ ਤੇਰੀਆਂ ਭੇਣਾ ਰੁਲ ਗਈ ਹੈ ਨਾ ਉਹ ਵੇਸ਼ੀਆ ਤੇ ਹੈ ਨਾ ਕਰੇ, ਤੀਜਾ ਵੇਣ ਕਰ ਗਿਆ ਦੀ ਅੱਖੀ ਬਾਲ ਮੈਂ ਬੁੱਢੜੀ ਸੀ ਗਈ ਆ ਉਹ ਮੇਰੀ ਕਮਰ ਝੁਕ ਗਈ ਏ ਮੇਰੀ ਦੀਦ। ਐਸਾ ਹੱਥ ਨਾ ਹੋਵੇ ਜਿਹੜਾ ਕਬਰ ਹੁਸੈਨ ਤੇ ਨਾ ਲੱਗੇ।
थोड़ा आवाज बता भाई, थोड़ा ना आवाज करे से। मैं नौकर बाबा जी रो क्या देखी बाल मैं मुठड़ी दी गई ओ मेरी कमर झुक गई है मेरी दीद मुक गई है पढ़ा मैं जड़े करिया जानो अपने गवा को आखा मेरी गुरबाती कोई हुसैना दे कौन तेरे गवा प्यो दी दाड़ी चुम गया दिए रुक सार गवा हौसला बाबा, हौसला बाबा, नहीं करना बर्दाश्त ना, हौसला बाबा। जी मैं नौकर हूं, औखे औखे सत्रां दे बार बार मजबूर न कीता करो, तुस हाथ मनो, अगर तुस हाथ बदे कपारे हुसैन दी कसम वेण पड़ू कोई नवी इन्हां दे हत्थां कुडे के तेरी हंज कुडे के रियो जे वेण कीता जो शाम दी नगरी हल गई है रो क्या दे बाबा फिरावा दी जगी रोए तमान के कोहो दया मेरी धी भेड़ा कुबो मानो दया प्यो दी दाड़ी चुम गया दिए एली अखबार दी जागीर च पापा मैं कुछ मेर तमा जे मारे मैं तेरी ला हौसला हौसला बाबा नहीं करना बर्दाश्त तुसा हौसले नाल हौसले नाल बस खत्म तुर गई हुसैन दीदी दुनिया तू बस सुनो बाबा जी मैं आखिर तुर गई अच्छा बाबा मैं नौकर मेरे बुजुर्ग हाथ बन क्या दे सौखी तो नहीं टुरी बाबा जी गुस्सल मिला कफन हुआ मेला चोला देखो अपनी कच्छी दे रंग एक सोना करके वेण सुने न इतने इमामे सजाद फरमान सुना इमामे सजाद फरमान है जेड़ा साडे मनन ले कदी भूल के शराब न पीसी सैयदा दे शराब दी वजह तो चार घंटे में भेण दे गुस्सल वास्ते पानी मंगदा रिया ओ जना मैं पानी मंगा हरामी शराब पींदा मैं हौसला बाबा हौसला बाबा ये जवाना तो हक है जी बजुर्ग जुड़ गए हौसला जवान हौसला बाबा हौसला बाबा ए अलम मैं कसम चाह के आदा पिया अलमाला अगर मैं झूठ बोला मैं कोई थे सजा देवे मैं त्रीजे दफा रिवायत पिया पढ़दा जिन्हें गलियां खड़ कराने जिन्हें बाजारां खड़ कराने शायद अगे रिवायत कोना सुनियो सी भेड़ दा मैया चाह के तुरे त्रीजी गली दा मोड़ मुड़े एक औरत है जड़ी छत ते सवार है ई मासूमा दे मैया ते एक पत्थर मारे सैयदा दे न मारो मोया को कोई मरे दे सैयदा दे हया पढ़ा जा छोड़े मां जब राजी रहो तो छोड़े मां मजलिस मेरी हो गई आई वैन पढ़ा चलो जेड़े शाम दे दवारो जरा हाथ तो करो जेड़े शाम दे दवारो बाबा तू शाम दे दवार पीछे झेर शाम दे दवार बैठे हो सदका ही मेले दा सदका तोरे रोन है अखी दा मातम्यां दे हाथ दा अल्लाह इतने तक कहे मोमिन को मौत न देवे जितने तक ई साल अपने अखी नाल वन देखो यारह कोड़ा झिकी कबरे हुसैन दी धी दी हुण सीना प्यारा नहीं करना वीरन मैग दा वास खोल
थोड़ा डबल आवाज करते मैं वैन सुनाव बाबा जी भेड़ को झिकी जा दफन की दस एक शाम दबसदा आलम है ये सैयद इंदा नाम इब्राहिम है इंदिया त्राए जो चार धियां लिख दें इंदिया धियां को हुसैन दी दी खाब च मिली जो मेरी कबर है झिकी जाते बारिश दा पानी मेरी कबर धोते ते मैं को पानी चंगा नहीं लगदा बाबा जी सुन्नी शिया उलमा इकट्ठे थे चार सैयदादियां कबर दे अंदर लथियां जड़े हाथ बदी बैठे हाथ खोलो बाबा जी थोड़ी जी देर गुजरी सैयदादियां मुंह ते पिंडे जा बह निकले इब्राहिम आदे मेरी धियां ए दसा हुसैन दी धी कफन पाती पई है रो गया जन तू कफन दा पुछ है बाबा असन किया इन बे वसिया वो जड़ी छोटी कह देन भूल गई है उदे गल विचो हुन तई रसिया बन गई करबला हौसला हौसला हौसले लाल बाबा जी थोड़ा डबल आवाज कर थोड़ा जेंडा डबल आवाज कर बाबा जी इब्राहिम दिया दिया कोशिश की दिए जो हुसैन दी धी दिया रस्सिया खोलो हुसैन दी धी दा बयात कर दिया ते रो रो क्या दिए ना खोले रस्सिया भेड़ मेरी मैं चाचे कोड़ी खोल जेड़ा रो सारे बिच मारिया ने हर दर्द ताकत नहीं चलो करो हाथ खड़ा जड़े हल्के दम आदमी हो ये क्या है जिथे बैठे हो ये इमाम बार गए देखो हुसैन दी धी दे रुखां दे वास्ते मैं नहीं जानदा चौड़ा जानदे नहीं सैयद ठीक है तेरी मिन्नत की थी अगली सत्तर तेरे रोन ना आवे मातमी में करे जिवें हल्के खड़ के करे ने जितने अदादार वेण कर करोंदे पे हो इब्राहिम दिया दिया जन बीबी तेरे रुखसार क्यों जख्मी ने बाबा जी हमेशा पुत्र पियो नाल बुलेंदे ज्यादा ने दिया बुलेंदे आ खातिर पियो दे मुंह दे दिया ज्यादा ने इब्राहिम दिया दिया जन बीबी तेरे रुखसार क्यों जख्मी ने हुसैन दी धी रो क्या दिए मैं पियो दे मुंह दे दी हम मैं दे मुंह दे जख्म करे दे जितना रस्ते बिच मैं रहवा